ਹਾਂਜੀ ਹਮੀਤ ਸਾਹਿਬ, ਉਹ ਕੀਤੀ ਗੱਲ ਨਾਲ ਦੇ ਪਲਾਟ ਦੀ? ਉਹ ਯਾਰ ਅਮਜਦ ਭਾਈ ਕੋਲ ਆ, ਉਹ ਹੁਣ ਪੈਸੇ ਬੜੇ ਮੰਗਣ ਦੇ ਆ, ਉਹਨੂੰ ਕੀ ਕਰੀ ਲਈਏ। ਉਹ 5 ਮਰਲੇ ਦਾ ਪਲਾਟ ਆ ਤਾਂ ਰੁਪਈਆ 1.5 ਕਰੋੜ ਕਹਿੰਦੇ ਆ ਦਿਓ। ਹੈਂ? ਆਹੋ, ਤੇ ਉਹਨੂੰ ਮੈਂ ਕਿਹਾ, ਮੈਂ ਉਹਨੂੰ ਕਹਿਣਾ ਛੱਤ ਕੇ ਦੇਣਾ ਤੁਸੀਂ। ਮੈਂ ਇਹਨੂੰ ਕਿਹਾ ਜਦੋਂ ਤੇਰਾ ਦਿਲ ਕਰੇ 80,000 ਰੁਪਈਆ ਤਾਂ ਫੜ ਲਈ, 80,00,000 ਰੁਪਈਆ ਮੇਰੇ ਕੋਲ ਫੜ ਲਈ। ਉਹਨੂੰ ਕਿਤੇ 80,000 ਤਾਂ ਨਹੀਂ ਕਿਹਾ ਤਾਂ ਤੁਸੀਂ? ਉਹਨੇ ਗੱਲ ਨਹੀਂ ਸੁਣੀ? ਉਹ ਨਹੀਂ, 80,000 ਮੈਂ ਕਿ ਸਿਰ 'ਚ ਸੈੱਟ ਵੱਜੀ ਮੇਰੇ, ਸ਼ਾਇਦ ਵੱਜ ਗਈ ਹੋਵੇ, ਮੈਨੂੰ ਵੀ ਕਹੀ ਜਾਣ ਡੇ 80,000 ਦਾ ਉਹਨੂੰ ਕਿਹਾ। ਮੈਂ ਤਾਂ ਉਸ ਤੋਂ ਨਾਲ ਦਾ ਨਹੀਂ, ਆਹ ਯੂਬ ਸਾਹਿਬ ਵਾਲਾ। ਹਾਂ, ਮੈਂ ਉਹਨੂੰ ਵੀ ਪੁੱਛਿਆ ਸੀ ਵੇਚਣਾ, ਅਤੇ ਉਹਨੇ ਆਹ ਕੌਣ? ਲੇਕਿਨ ਜੇ ਇਸ ਪਲਾਟ ਦਾ ਸੌਦਾ ਹਮੀਤ ਸਾਹਿਬ ਹੋਵੇ ਨਾ ਤਾਂ ਛੱਡਣਾ ਨਹੀਂ ਹੈ, ਪੈਸਿਆਂ ਦੀ ਜੇ ਕੋਈ ਲੋੜ ਹੋਈ ਤਾਂ ਤੁਸੀਂ ਮੈਨੂੰ ਦੱਸ ਦੇਣਾ, ਬੰਦਾ ਟੈਨਸ਼ਨ ਨਹੀਂ ਕੋਈ। ਹੈਲੋ, ਹਾਂਜੀ ਭਾਅ ਜੀ, ਅਸਲਾਮੁਅਲੈਕੁਮ। ਵਾਲੇਕੁਮ ਵਾਲੇਕੁਮ ਸਲਾਮ ਜੀ, ਕੀ ਹਾਲ ਹੈ ਜੀ? ਜੀ ਅੱਲਾ ਦਾ, ਅੱਲਾ ਦਾ ਕਰਮ ਸਰ, ਖੈਰੀਅਤ ਹੈ ਜੀ? ਬੈਠੋ। ਇਹ ਮੈਂ ਘਰ ਬਣ ਰਿਹਾ ਮੇਰਾ ਤੁਹਾਡੀ ਕਲੋਨੀ ਜੀ। ਅੱਛਾ ਜੀ ਜੀ, ਹਾਂਜੀ ਅੱਛਾ ਜੀ। ਅੱਛਾ ਜੀ, ਮਾਸ਼ਾ ਅੱਲਾ, ਤਿਆਰੀ ਤਾਂ ਆ ਗਿਆ, ਅੱਲਾ ਪਾਕ ਖੈਰ ਕਰੇ। ਬਸ ਉਹ ਗੇਟ ਨਹੀਂ ਲੱਗਾ ਹਾਲੇ, ਉਹ ਮੈਂ ਇੱਥੋਂ ਲੰਘਦੇ ਹੁੰਦੇ ਸੀ ਬੱਚੇ ਵੀ ਅਤੇ ਮੈਂ ਵੀ, ਅਤੇ ਉਹ ਬੇਗਮ ਨੇ ਕਿਹਾ ਕਿ ਇਹ ਨਕਸ਼ਾ ਸੋਹਣਾ ਹੈ, ਫਿਰ ਅਸੀਂ ਉਹ ਮਿਸਤਰੀ ਨੂੰ ਲਿਆ ਕੇ ਅੱਛਾ ਜੀ ਤੁਹਾਡਾ ਨਕਸ਼ਾ ਦਿਖਾਇਆ। ਠੀਕ ਹੈ, ਅਤੇ ਉਹ ਇਹ ਲਾਹੌਰੋਂ ਬਣਵਾਇਆ ਸੀ ਜੀ ਨਕਸ਼ਾ। ਹਾਂਜੀ ਹਾਂਜੀ, ਉਹ ਅਸੀਂ ਤਾਂ ਜੀ ਮੁਫਤ 'ਚ ਸਾਰ ਲਿਆ ਬਸ ਤੁਹਾਡਾ ਦੇਖ ਕੇ। ਚਲੋ, ਕੋਈ ਗੱਲ, ਕਿਹੜੀ ਗੱਲ। ਅਤੇ ਉਹ ਅਸੀਂ ਇੱਦਾਂ ਦਾ ਹੀ ਬਣਾ ਲਿਆ, ਸਭ ਕੁਛ ਇੱਦਾਂ ਦਾ ਹੀ, ਆ ਟਾਇਲ ਵੀ ਇੱਦਾਂ ਦੀ ਨਾ, ਅਸੀਂ ਸਾਰਾ ਕੁਛ ਇੱਦਾਂ ਦਾ ਹੀ ਲਾ ਲਿਆ। ਹਾਂਜੀ ਹਾਂਜੀ, ਆ ਪਿਛਲੀ ਸੀ। ਅੱਛਾ ਅੱਛਾ, ਹਾਂਜੀ ਉੱਥੇ ਲਾ ਲਿਆ ਅਸੀਂ। ਕਿੰਨੀ ਜਗ੍ਹਾ ਆਪਣੀ? ਇੰਨੀ ਆ ਤੁਹਾਡਾ 5 ਮਰਲੇ ਦਾ? ਹਾਂਜੀ 5 ਮਰਲੇ, 5 ਮਰਲੇ ਦਾ ਹੀ। ਅੱਛਾ ਅੱਛਾ, ਤੇ ਉਹ ਵੱਡਾ ਭਾਈ ਪੈਸੇ ਭੇਜਣ ਡਿਆ ਨਾ ਬਾਹਰੋਂ। ਅੱਛਾ, ਬਾਹਰੋਂ ਦੇ? ਹਾਂਜੀ, ਕੈਨੇਡਾ। ਵਾਹ, ਉਹ ਕੈਨੇਡਾ ਤੋਂ ਪੈਸੇ ਭੇਜਣ ਡਿਆ, ਅਤੇ ਉਹ ਲਾ ਲਿਆ, ਬਸ ਗੇਟ ਲੱਗਣ ਨਾਲ ਰਹਿ ਗਿਆ ਸਾਡਾ। ਅੱਛਾ ਅੱਛਾ ਅੱਛਾ, ਹਾਂਜੀ, ਅਤੇ ਉਹ ਵੱਡੇ ਭਾਈ ਨੂੰ ਗੇਟ ਦੀਆਂ ਤਸਵੀਰਾਂ ਭੇਜੀਆਂ ਇਹਦੀਆਂ, ਕੱਲ੍ਹ ਮੈਂ ਖਿੱਚ ਕੇ ਲੱਗਿਆ ਸੀ। ਹਾਂਜੀ, ਅੱਛਾ ਅੱਛਾ, ਅਤੇ ਉਹ ਤਸਵੀਰਾਂ 'ਚ ਤਾਂ ਉਹਨੂੰ ਸਮਝ ਨਹੀਂ ਆਈ ਗੇਟ ਦੀ, ਅਤੇ ਉਹ ਕਹਿੰਦਾ ਯਾਰ ਵੀ ਮਤਲਬ ਸਾਰਾ ਨਕਸ਼ਾ ਇਹੀ ਤੁਹਾਡਾ? ਸਾਰਾ ਹੀ ਸਾਰਾ। ਅਤੇ ਉਹ ਫਿਰ ਕਹਿੰਦੇ ਯਾਰ ਪਤਾ ਨਹੀਂ ਹੁਣ ਗੇਟ ਜਿਹੜਾ ਲੱਗ ਕੇ ਚੰਗਾ ਲੱਗਣਾ ਕਿ ਮਾੜਾ ਲੱਗਣਾ। ਅਤੇ ਮੈਂ ਕਿਹਾ ਕੋਈ ਮਸਲਾ ਨਹੀਂ। ਉਹ ਫਿਰ ਮੈਂ ਗੱਲ ਕੀਤੀ ਰਾਤੀ ਉਹਨਾਂ ਨਾਲ, ਅਸੀਂ ਜਿਹਨਾਂ ਕੋਲ ਬਣਵਾਇਆ ਉਹਨਾਂ ਕੋਲ ਬਣਵਾ ਲਓ, ਅੱਛਾ ਗੇਟ ਆ ਉਹ। ਲੇਕਿਨ ਉਹ ਇਹ ਨਾ ਕਿ ਪਤਾ ਨਹੀਂ ਲੱਗਿਆ ਚੰਗਾ ਲੱਗਣਾ ਕਿ ਨਹੀਂ ਲੱਗਣਾ। ਅਤੇ ਫਿਰ ਉਹ ਵੱਡੇ ਭੈਣ ਨੇ ਕਿਹਾ ਕਿ ਯਾਰ ਇਹਦਾ ਕੋਈ ਹੱਲ ਹੋਣਾ ਚਾਹੀਦਾ। ਫਿਰ ਰਾਤੀ ਮੈਨੂੰ ਖਿਆਲ ਆਇਆ, ਮੈਂ ਕਿਹਾ ਇਹ ਗੇਟ ਜਿਹੜਾ ਲਾ ਕੇ ਲੈ ਜਾਂਦੇ ਤੁਹਾਡਾ ਅਸੀਂ, ਅਤੇ ਉੱਥੇ ਲਾ ਕੇ ਇੱਕ ਵਾਰੀ ਕੋਈ 10 ਕੁ ਦਿਨ ਹੰਢਾ ਕੇ ਦੇਖ ਲੈਂਦੇ ਕਿ ਉੱਥੇ ਕਿੱਦਾਂ ਦਾ ਲੱਗਦਾ। ਅਤੇ ਫਿਰ ਇਹ ਆ ਕਿ ਜੇ ਚੰਗਾ ਲੱਗਾ, ਚੰਗਾ ਲੱਗੇ ਨਾ ਲੱਗੇ ਫਿਰ ਪੁੱਟ ਕੇ ਦੁਬਾਰਾ ਇੱਥੇ ਤੁਹਾਡੇ ਲਾ ਦੇਵਾਂਗੇ ਅਸੀਂ। ਨਹੀਂ ਨਹੀਂ, ਇੱਦਾਂ ਤਾਂ ਬਣਵਾਉਣ ਲੱਗੇ ਉਹ ਗੇਟ ਜਿੱਦਾਂ ਦਾ ਸਾਡਾ ਬਣਿਆ। ਨਹੀਂ ਨਹੀਂ, ਬਣਵਾਉਣਾ ਤਾਂ ਬਾਅਦ ਦੀ ਗੱਲ ਆ ਨਾ, ਹਾਲੇ ਦੇਖਣਾ ਆ ਸਿਰਫ ਕਿ ਕੀ ਮਾਮਲਾ ਆ, ਇਹਦਾ ਸੋਹਣਾ ਲੱਗੂਗਾ ਕਿ ਨਹੀਂ ਲੱਗੂਗਾ। ਅਤੇ ਫਿਰ ਇਹ ਆ ਕਿ ਇਹ ਪੁੱਟ ਕੇ ਇਜਾਜ਼ਤ ਤੁਹਾਡੀ ਚਾਹੀਦੀ ਹੈ। ਕਾਹਦੀ ਇਜਾਜ਼ਤ ਭਾਅ ਜੀ? ਇਹ ਜਿਹੜੀ ਤੁਸੀਂ ਗੱਲ ਕਰ ਰਹੇ ਹੋ ਕਿ ਨਕਸ਼ਾ ਸਾਰਾ ਇਹੀ ਬਣਾਇਆ? ਹਾਂਜੀ ਹਾਂਜੀ, ਇਹੀ ਸਰ। ਅਤੇ ਗੇਟ ਭਾਈ ਨੇ ਕਿਹਾ ਕਿ ਇਸ ਤਰ੍ਹਾਂ ਮੈਨੂੰ ਸਮਝ ਨਹੀਂ ਆ ਰਹੀ, ਤੁਸੀਂ ਤਸਵੀਰਾਂ ਲੈ ਕੇ ਆਏ ਹੋ। ਹਾਂਜੀ ਹਾਂਜੀ, ਇਸ ਤਰ੍ਹਾਂ ਭਾਈ ਨੂੰ ਬਾਹਰ ਵਾਲੇ ਨੂੰ ਸਮਝ ਨਹੀਂ ਆ ਰਹੀ। ਹਾਂਜੀ, ਅਤੇ ਇਹ ਹੁਣ ਤੁਸੀਂ ਪੱਟ ਕੇ ਆਪਣੇ ਬੂਹੇ ਅੱਗੇ ਲਾਓਗੇ? ਇਹ ਹਫ਼ਤਾ ਕੁ ਲਾ ਕੇ ਦੇਖਦੇ ਹਾਂ, ਰਾਸ ਆ ਗਿਆ ਇਹ ਗੇਟ ਉਹਨੂੰ ਘਰ ਨੂੰ। ਗੇਟ ਸਾਡਾ ਪੱਟ ਕੇ ਲਾਉਣਾ ਸੀ ਅਤੇ ਸਾਨੂੰ ਕਿਤੇ ਲੰਡੇ 'ਚੋਂ ਪੜਦਾ ਲਿਆ ਦਿਓ ਇਹਨੂੰ ਨਾਪ ਕੇ। ਹਾਂਜੀ ਹਾਂਜੀ, ਮੈਂ ਕੱਪੜਾ ਕੋਈ ਲਿਆ ਦਿੰਦਾ, ਮੈਂ ਕੱਪੜਾ ਉਹ ਇੱਥੇ ਤੁਸੀਂ ਤਾਣ ਦੇਈਓ, ਕੱਪੜਾ ਚੁੱਕਿਆ ਅੰਦਰ ਵੜ ਗਿਆ। ਮਤਲਬ ਸਾਡਾ ਗੇਟ ਲੱਗਾ ਹੋਇਆ ਵਾ। ਹਾਂਜੀ, ਤੁਸੀਂ ਸਾਡੇ ਵਰਗਾ ਨਕਸ਼ਾ ਬਣਾਇਆ, ਠੀਕ ਆ, ਤੇ ਗੇਟ ਇਦਾਂ ਦਾ ਬਣਵਾ ਲਓ ਤੇ ਮਤਲਬ ਸਾਡਾ ਵੀ ਪਹਿਲੇ ਲਾ ਕੇ ਦੇਖੀਏ ਨਾ ਗੇਟ ਕਿ ਚੰਗਾ ਵੀ ਲੱਗਣਾ ਕਿ ਨਹੀਂ। ਕਈ ਸਾਰੀ ਟਾਇਲ ਪੱਥਰ ਐ ਸਾਰਾ ਨਿਜ਼ਾਮ ਤੁਸੀਂ ਕਰ ਲਿਆ? ਹਾਂਜੀ ਹਾਂਜੀ, ਕਰ ਲਿਆ। ਹਾਂਜੀ, ਤੇ ਤੁਸੀਂ ਇਹਦੀ ਤਸਵੀਰ ਹੀ ਉਹਨੂੰ ਖਿੱਚ ਕੇ ਭੇਜ ਦਿਓ। ਉਹ ਤਸਵੀਰ 'ਚ ਨਾ ਸਮਝ ਨਹੀਂ ਆਉਣ ਡਈ ਅਸਲ 'ਚ, ਉਹ ਕਹਿੰਦੇ ਆ ਕਿ ਤਸਵੀਰਾਂ ਤੋਂ ਨਹੀਂ ਸਮਝ ਆਉਂਦੀ ਹੁੰਦੀ।
ਇਹ ਅਸਲ 'ਚ ਵੀ ਨਹੀਂ ਸਾਨੂੰ ਸਮਝ ਆ ਰਹੀ ਵੀ ਤੁਸੀਂ ਕਹਿ ਰਹੇ ਹੋ ਸਾਡਾ ਗੇਟ ਪੁੱਟ ਕੇ ਆਪਣੇ। ਉਹ ਜਿੱਦਾਂ ਕਹਿੰਦੇ ਆ ਨਾ ਕਿ ਗੱਡੀ ਅਤੇ ਬੁੱਢੀਆਂ ਦਾ ਤਸਵੀਰਾਂ ਤੋਂ ਨਹੀਂ ਪਤਾ ਲੱਗਦਾ ਹੁੰਦਾ ਕਿੱਦਾਂ ਦੀ, ਅਤੇ ਉਹ ਇੱਦਾਂ ਹੀ ਇਹ ਆ ਕਿ ਗੇਟ ਦਾ ਵੀ ਤਸਵੀਰਾਂ ਤੋਂ ਨਹੀਂ ਨਾ ਪਤਾ ਲੱਗਦਾ। ਇਹ ਤਾਂ ਭਾਅ ਜੀ ਸਿਆਣਿਆਂ ਨੇ ਦੋ ਬੰਦਿਆਂ ਦੇ ਬਾਰੇ ਗੱਲ ਕੀਤੀ ਨਾ, ਗੱਡੀ ਦੇ ਅਤੇ ਔਰਤ ਦੇ ਬਾਰੇ ਕੀਤੀ ਹੈ, ਗੇਟ ਦੇ ਬਾਰੇ ਤੇ ਅੱਜ ਤੱਕਰ ਅਸੀਂ ਕਿਤੋਂ ਰਿਸਰਚ ਹੀ ਨਹੀਂ ਕੀਤਾ ਕਿ ਉਹਨਾਂ ਨੇ। ਨਹੀਂ ਮੈਂ ਤੀਸਰੀ ਗੱਲ ਵਿੱਚ ਪਾ ਰਿਹਾ ਨਾ ਆਪ, ਅਤੇ ਭਾਅ ਜੀ ਤੁਸੀਂ ਕੋਲੋਂ ਕਿਉਂ ਵਾਧਾ ਪਾ ਰਹੇ? ਤੁਸੀਂ ਸਿਆਣੇ ਬੰਦੇ ਹੋ, ਗੇਟ ਪੱਟ ਕੇ ਕੌਣ ਦਿੰਦਾ ਆਪਣਾ? ਇਹਦੀਆਂ ਟਾਈਲਾਂ ਟੂਲਾਂ ਟੁੱਟਣਗੀਆਂ, ਹੋਰ ਤਾਂ ਐਸਾ ਕਿਉਂ ਟੁੱਟਣਗੀਆਂ ਟਾਈਲਾਂ? ਅਸੀਂ ਯਾਰ ਚੰਗੇ ਮਿਸਤਰੀ ਕੋਲ ਕੰਮ ਕਰਵਾਇਆ ਵਾ, ਤੂੰ ਆ ਗਿਆ ਮਤਲਬ ਗੇਟ ਪੁੱਟ ਕੇ ਦੇਈਏ, ਅਸੀਂ ਤੈਨੂੰ ਗੇਟ ਪੱਟ ਕੇ ਦੇ ਦਈਏ ਹੈ। ਕੱਲ੍ਹ ਨੂੰ ਅਸੀਂ ਘਰ ਆਈਏ ਕੰਮ ਤੋਂ, ਪਤਾ ਲੱਗੇ ਵੀ ਇੱਥੇ ਸਮੋਸੇ ਵਾਲਾ ਅੰਦਰ ਖਲੋ ਕੇ ਵਾਜਾ ਲਾਉਂਦੇ ਆ, ਸਮੋਸੇ ਕਰਾਰੇ, ਮਤਲਬ ਉਹਨੂੰ ਇਹ ਵੀ ਨਾ ਸਮਝ ਆਵੇ ਘਰ ਆ ਵੀ ਗਲੀ ਹੈ। ਕੈਸੀਆਂ ਗੱਲਾਂ ਭਾਵੇਂ ਤੁਸੀਂ ਸਮਝਦਾ ਰਾਤ ਨਹੀਂ, ਉੱਥੋਂ ਮੈਂ ਤੁਹਾਨੂੰ ਤਰਪਾਲ ਤਰਪੂਰ ਲਿਆ ਦਿੰਦਾ। ਉਹ ਤੂੰ ਲਿਆ ਦੇ ਤਰਪਾਲ, ਇੱਥੇ ਜਿਹੜੀ ਕੰਮ ਕਰਨ ਵਾਲੇ ਆਉਂਦੀ ਹੈ ਸਵੇਰੇ, ਉਹ ਇਹਨੂੰ ਟਾਕੀ ਮਾਰਦੀ ਹੈ, ਉਹ ਫਿਰ ਨਾਲ ਦੋ ਘਰੋ ਜੀ ਹੋਰ ਲੈ ਕੇ ਆਇਆ ਕਰੇ ਕਿ ਇੱਕ ਉਧਰੋਂ ਫੜ ਕੇ ਰੱਖੇ ਤਰਪਾਲ ਨੂੰ, ਇੱਕ ਇਧਰੋਂ ਤੇ ਮੈਂ ਵਿੱਚ ਟਾਕੀ ਮਾਰ ਲਵਾਂ। ਅਸੀਂ ਥੱਲੇ ਦਾਣੇ ਭੁੰਨਣਾ ਹੈ, ਸਾਨੂੰ ਉੱਤੇ ਤਰਪਾਲ ਬੰਨ ਦੇਗਾ ਇੱਕ। ਯਾਰ ਸਾਡਾ 2.5 ਕਰੋੜ ਰੁਪਏ ਦਾ ਘਰ ਆ, ਮਤਲਬ ਅਸੀਂ ਤਰਪਾਲ ਬੰਨ ਲਈਏ? ਤਰਪਾਲ ਬੰਨ ਕੇ ਗਗੜਿਆਂ ਦਾ ਘਰ ਸ਼ੋਅ ਕਰਾਉਣਾ ਚਾਹੁੰਦਾ? ਜਿੱਦਾਂ ਦਾ ਤੁਹਾਡਾ ਗੇਟ ਜਾਏਗਾ ਉਦਾਂ ਦਾ ਹੀ ਵਾਪਸ ਆਏਗਾ। ਹੈਂ? ਹਾਂਜੀ। ਤੇ ਯਾਰ ਤੂੰ ਗੇਟ ਹੀ ਉੱਥੇ ਆਪਣਾ ਲਵਾ ਲਾ, ਤੈਨੂੰ ਅਸੀਂ ਉਹਦਾ ਐਡਰੈਸ ਨਹੀਂ, ਉਹ ਨਵਾਂ ਮੈਂ ਲਵਾ ਲਵਾਂ, ਨਾ ਚੰਗਾ ਲੱਗਾ ਤਾਂ ਫਿਰ ਮਸਲਾ ਬਣੇਗਾ। ਤੇ ਇਹ ਚੰਗਾ ਲੱਗਣਾ ਹੈ? ਇੱਥੇ ਨਹੀਂ ਤੈਨੂੰ ਚੰਗਾ ਲੱਗਣ ਡਿਆ ਲੱਗਾ? ਇਹ ਕੋ ਬਿੱਲੀ ਹੈ ਜਿਹੜੀ ਤੂੰ ਲੈ ਜਾਏਗਾ ਆਪਣੇ ਨਿਆਣੇ ਖੜਾ ਕੇ ਸਾਨੂੰ ਵਾਪਸ ਦੇ ਜਾਏਗਾ? ਗੇਟ ਹੈ, ਪੱਟਣ ਦਾ ਕੰਮ ਆ ਪੂਰਾ, ਬੇੜਾ ਗਰਕ ਹੋ ਜਾਣਾ ਕੰਮ। ਨਹੀਂ, ਪਿੱਲਰ ਪੁੱਲਰ ਹੀ ਟੁੱਟਣੇ ਆ, ਤੁਸੀਂ ਦੁਬਾਰਾ ਬਣਵਾ ਲਈਏ। ਕਿਉਂ ਟੁੱਟਣੇ? ਤੇਰੇ ਮੂੰਹ 'ਚ ਖਾ ਗਈ ਯਾਰ, ਕਿਉਂ ਤੋੜਨੇ ਪਿੱਲਰ ਤੂੰ? ਭਾਜੀ ਤੁਹਾਡੇ ਮੂੰਹ 'ਚ ਸਵਾਹ, ਭਾਜੀ ਤੁਹਾਡੇ ਮੂੰਹ ਦੇ ਵਿੱਚ ਗੱਲ ਹੀ ਨਹੀਂ ਕੋਈ ਚੱਜ ਦੀ ਆਣਦੀ ਯਾਰ। ਗੇਟ ਤੁਸੀਂ ਤਸਵੀਰ ਵਿੱਚ ਇੱਕ ਮਸਲਾ ਹੈ, ਗੇਟ ਹੀ ਲੈ ਲਿਆ, ਤੁਸੀਂ ਕੋਈ ਹੋਰ ਸ਼ੈ ਲਵੋ। ਨਹੀਂ, ਇੱਕ ਮਸਲਾ ਹੈ, ਉਹਦਾ ਹੱਲ ਹੁਣ ਕਰਨਾ ਤਾਂ ਹੈ ਨਾ। ਤੇ ਹੁਣ ਤੁਸੀਂ ਭਾਜੀ ਇਹ ਪੱਟ ਕੇ ਕਰਨਾ? ਇਹ ਕੋਈ ਮਸਲਾ ਨਹੀਂ ਜੀ, ਉਹਨੂੰ ਗੇਟ ਵਾਲੀ ਤਸਵੀਰ ਦਿਖਾਓ ਬਣਾ। ਅੱਛਾ, ਉਹ ਕੋਈ ਮਸਲਾ ਨਹੀਂ ਹੈ, ਮੈਂ ਮਿਸਤਰੀਆਂ ਨੂੰ ਹੁਣੇ ਕਹਿਣਾ ਉਹਨਾਂ ਨੇ ਥੋੜੇ ਛੇਣੀਆਂ ਲੈ ਕੇ ਉਹਨਾਂ ਦਾ ਪੱਟਣਾ ਸ਼ੁਰੂ ਕਰ। ਮੈਂ ਇਹ ਵੀ ਕੋਈ ਮਸਲਾ ਨਹੀਂ ਹੈਗਾ, ਮਸਲਾ ਤੇ ਹੈ ਕੋਈ ਨਹੀਂ। ਮੈਂ ਹੁਣ ਇਧਰੋਂ ਫੋਨ ਕਰਨਾ, ਮੇਰੇ ਕਜ਼ਨ ਆ ਜਾਣੇ ਆ, ਮਿੰਟ ਦੇ ਵਿੱਚ ਤੁਹਾਡਾ ਗੇਟ ਉਹਨਾਂ ਨੇ ਡੰਡੇ ਨੂੰ ਲੈ ਕੇ ਆ ਜਾਣਾ। ਭਾਜੀ ਤੁਸੀਂ ਮਸਲਾ ਹੀ ਕੋਈ ਨਹੀਂ ਆਦਮੀ ਹੋ, ਤੁਸੀਂ ਤਸਵੀਰ ਖਿੱਚ ਕੇ ਮੈਂ ਕੈਨਕ ਨੂੰ ਦਿਖਾਓ, ਉਹਨੂੰ ਕਾਰੀਗਰ ਨੂੰ ਦਿਖਾਓ, ਉਹਨੂੰ ਕਹਿੰਦਾ ਦਾ ਗੇਟ ਬਣਾ ਦੇ। ਪੱਟ ਕੇ ਕੌਣ ਦਿੰਦਾ ਹੁੰਦਾ ਆਪਣਾ ਗੇਟ? ਨਹੀਂ ਨਹੀਂ, ਬਣਵਾ, ਇੱਦਾਂ ਦਾ ਹੀ ਲਾਂਗੇ। ਹਾਂ, ਜੇ ਇਹ ਚੰਗਾ ਲੱਗਿਆ ਤਾਂ ਆਪਾਂ ਲੋਹੇ ਵਾਲੇ ਨੂੰ ਕਹਿ ਦੇਵਾਂਗੇ ਯਾਰ ਇਹਦੇ ਨਾਲ ਦਾ ਬਣਾ ਦੇ, ਆਹ ਤੁਹਾਡਾ ਗੇਟ ਦਿਖਾ ਦੇਵਾਂਗੇ। ਤੂੰ ਦਿਨ ਦੇ ਵਿੱਚ ਤਾਂ ਇਹ ਕੀਤਾ ਕਿ ਇਹ ਜ਼ਰੂਰ ਪੱਟਣਾ ਹੈ, ਇਹ ਕਿਸੇ ਕਾਨੂੰਨੀ ਦੀ ਗਲੀ ਦੇ ਗੇਟ ਲੱਗਾ ਯਾਰ, ਜਿਹੜਾ ਪੱਟ ਕੇ ਤੂੰ ਲੈ ਜਾਵੇਂ। ਕਿੰਨੇ ਦਿਨਾਂ ਲਈ ਚਾਹੀਦਾ ਗੇਟ? ਹਫ਼ਤਾ ਕੁ ਲਾ ਕੇ ਦੇਖਦੇ ਜੇ ਤਾਂ ਘਰ ਨੂੰ ਰਾਸ ਆ ਗਿਆ। ਤੇ ਜੇ ਤੁਹਾਡੇ ਭਰਾ ਨੂੰ ਚੰਗਾ ਲੱਗ ਗਿਆ ਤੇ ਅਸੀਂ ਸਾਰੀ ਉਮਰ ਤਰਪਾਲ ਤੇ ਰਹਾਂਗੇ? ਨਹੀਂ 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 ਨਹੀਂ, ਮੈਂ ਗੇਟ ਤੁਹਾਡਾ ਵਾਪਸ ਕਰ ਜਾਵਾਂਗਾ। ਉਹ ਯਾਰ ਗੇਟ ਆ, ਤੂੰ ਮੋਟਰਸਾਈਕਲ ਲੈ ਕੇ ਜਾਣੀ ਵੀ ਇੱਥੇ ਨਾਨੀ ਨੂੰ ਲਾ ਕੇ ਹਸਪਤਾਲ ਤੇ ਵਾਪਸ ਆ ਗਏ ਨਾ? ਗੇਟ ਆ ਯਾਰ, ਇੱਥੇ ਪੈਸੇ ਲੱਗਦੇ, ਇੱਥੇ ਰੁਪਈਆ 20,000-30,000 ਲੱਗ ਜਾਣਾ। ਅੱਛਾ ਬਣਿਆ ਤੁਹਾਡਾ, ਤੇ ਰਹਿਣ ਦੇਣਾ, ਅੱਛਾ ਲੱਗਾ ਸਾਨੂੰ, ਕਿ ਬੁਰਾ ਹੋ ਜਾ ਤੁਸੀਂ ਸਾਹਿਬ? ਇਹ ਤੇ ਵੇਖੋ, ਕਹਿੰਦਾ ਮੈਂ ਗੇਟ ਭੰਨਣਾ ਵਾ, ਤੁਹਾਡੀਆਂ ਸਿਰਫ ਪਿੱਲਰ ਦੀਆਂ ਟਾਈਲਾਂ ਟੂਲਾਂ ਟੁੱਟਣਗੀਆਂ, ਤਾਂ ਕੋਈ ਉਹਨੂੰ ਅਸਲ ਦੇ ਵਿੱਚ ਕੋਈ ਗੱਲਬਾਤ ਨਹੀਂ ਹੈਗੀ ਕਿ ਮੈਨੂੰ ਗੇਟ ਦੇ ਦਿਓ। ਨਹੀਂ, ਮੈਂ ਕਿਹੜਾ ਪੱਕਾ ਪੱਕਾ ਲੈ ਕੇ ਚੱਲਿਆ? ਉਹ ਯਾਰ, ਤੈਨੂੰ ਕੱਚਾ ਕੱਚਾ ਵੀ ਕਿਸੇ ਨੇ ਨਹੀਂ ਦੇਣਾ। ਤੂੰ ਇਸ ਕਲੋਨੀ 'ਚ ਆਇਆ ਗੇਟ ਲੈਣ? ਹਾਂਜੀ। ਤੂੰ ਬਾਹਰੋਂ ਕਲੋਨੀ ਦੇ ਬਾਹਰੋਂ ਗੇਟ ਪਾਸ ਲਿਆ ਅੰਦਰ ਆਉਣ ਦਾ ਪਹਿਲੇ? ਇਹ ਦੱਸ ਨਾ ਸਾਨੂੰ, ਤੈਨੂੰ ਇਹ ਨਹੀਂ ਸਮਝ ਆਇਆ ਯਾਰ ਕੌਣ ਆਪਣੇ ਘਰ ਦੀ ਸ਼ੈ ਪੱਟ ਕੇ ਦਿੰਦਾ ਤੈਨੂੰ ਆਪਣੇ ਘਰ ਲਾਲਾ? ਮੂੰਹ ਦਾ ਗੇਟ ਬੰਦ ਕਰ ਯਾਰ, ਤੂੰ ਕਿਹੜੀਆਂ ਗੱਲਾਂ ਕਰਨ ਡਿਆ? ਅਸੀਂ ਤੈਨੂੰ ਗੇਟ ਪੱਟ ਕੇ ਦੇ ਦਈਏ। ਅੱਛਾ, ਬਹੁਤ ਅੱਛਾ ਤੁਹਾਡਾ ਹੈ, ਬਸ ਅੱਛਾ ਹੀ ਰਹਿਣ ਦੇ। ਇਹ ਤੇ ਮੈਨੂੰ ਉਦੋਂ ਕਿਤੇ ਤੂੰ ਲੱਭ ਜਾਂਦਾ ਨਾ ਜਦੋਂ ਤੂੰ ਇਹ ਨਕਸ਼ਾ ਕਿਤੇ ਚੋਰੀ ਕਰ ਕਰ ਬਣਵਾਉਂਦਾ ਰਿਹਾ, ਤੂੰ ਮੈਂ ਤੇਰੇ ਤੇ ਕੇਸ ਕਰਾ ਦੇਣਾ। ਇਦਾਂ ਦੀ ਗੱਲ ਕਿਸੇ ਨਾਲ ਨਾ ਕਰੀ, ਅਗਲੇ ਨੇ ਤੇਰਾ ਨਕਸ਼ਾ ਵਿਗਾੜ ਦੇਣਾ। ਨਕਸ਼ਾ ਬਹੁਤ ਚੰਗਾ, ਗੇਟ ਦੇ ਦਿਓ। ਮੈਂ ਜੀ ਉਹ ਬੀਵੀ ਤੇ ਬੱਚੇ ਇਧਰੋਂ ਦੀ ਲੰਘਦੇ ਸੀ, ਇਹਨਾਂ ਨੇ ਕਿਹਾ ਨਕਸ਼ਾ ਬੜਾ ਅੱਛਾ, ਸੇਮ ਇਦਾਂ ਦਾ ਬਣਵਾਇਆ, ਟੈਲ ਵੀ ਇਹੀ ਲਾਈ ਹੈ, ਤੇ ਤੂੰ ਤਸਵੀਰ ਹੀ ਇਹ ਭੇਜ ਦੇ ਭਰਾ ਨੂੰ, ਕੀ ਤੰਗੀ ਹੈ ਕੋਈ? ਮੈਂ ਇੱਥੇ ਗੇਟ ਪੱਟ ਕੇ ਤੈਨੂੰ ਦੇ ਦਿਆਂ। ਮੈਂ ਕਰਾਂ ਫੋਨ ਉਹਨਾਂ ਨੂੰ? ਕਿੰਨਾ? ਮਿਸਤਰੀਆਂ ਨੂੰ? ਕਾਹਦੇ ਵਾਸਤੇ? ਆਜਨ ਪੋਟਰ ਲੈਣ? ਨਹੀਂ ਨਹੀਂ, ਤੂੰ ਡਾਕਟਰ ਨੂੰ ਫੋਨ ਕਰ ਕਿਸੇ ਨੂੰ, ਕਾਤੋਂ ਜੋ ਅਸੀਂ ਤੇਰੇ ਹਾਲਾਤ ਕਰਨੇ ਨਾ, 11 ਬਾਈ ਵਾਲਿਆਂ ਨੂੰ ਫੋਨ ਕਰ, ਉਹਨਾਂ ਕਹਿੰਦੇ ਛੇਤੀ ਆ ਜਾਓ, ਮਰੀਜ਼ ਦੀ ਹਾਲਤ ਬਹੁਤ ਖਰਾਬ ਆ।
ਕੈਸਾ ਬੰਦਾ ਯਾਰ, ਤੂੰ ਅੱਲਾ ਦਾ ਸ਼ੁਕਰ ਨੀ ਕਰ ਰਿਹਾ ਕਿ ਤੂੰ ਕਿ ਭਾਜੀ ਮਾਸ਼ਾਅੱਲਾ ਬਹੁਤ ਸੋਹਣਾ ਲੱਗ ਰਿਹਾ, ਮੈਨੂੰ ਉਹ ਬੰਦਾ ਮਿਲਾਓ ਜਿਹਦੇ ਕੋਲ ਤੁਸੀਂ ਲਵਾਇਆ, ਤੂੰ ਇਹ ਗੇਟ ਹੀ ਪੱਟਣ ਆ ਗਿਆ ਭਰਾਵਾ, ਅਸੀਂ ਤੈਨੂੰ ਗੇਟ ਪੱਟ ਕੇ ਦੇ ਦਈਏ, ਦੋ ਦਿਨ ਬਾਅਦ ਇੱਥੇ ਬਾਬੇ ਬਹਿ ਕੇ ਲੁੱਡੋ ਖੇਲਦੇ, ਹੁਣ ਨਾਲ ਚਾਹ ਚੱਲਣ ਦੀ ਹੋਵੇ ਤੇ ਅੰਦਰ ਅਸੀਂ ਬੈਠੇ ਹੋਣ, ਦੁੱਧ ਮੰਗਾਇਆ ਸਵੇਰੇ, ਅੰਦਰ ਕੱਚੀ ਟਾਕੀ ਫਿਲਮ ਲੱਗੀ, ਸਵੇਰੇ ਮੰਗਾਇਆ ਹੈ, ਦੁੱਧ ਮੰਗਾਇਆ ਸਵੇਰੇ, ਕਿਉਂ ਤੁਸੀਂ ਵੀ ਲਵਾਉਣਾ ਦੁੱਧ? ਨਹੀਂ ਮੈਂ ਕਿਹਾ, ਨਹੀਂ ਨਹੀਂ ਮੈਂ ਕਿਹਾ ਸ਼ਾਇਦ ਤੁਸੀਂ ਕਹਿ ਰਹੇ ਹੋ ਕਿ ਨਕਸ਼ਾ ਵੀ ਇਹੀ ਹੈ ਜਿਹੜਾ ਦੁੱਧ ਇੱਥੇ ਦੇਣ ਆਉਂਦਾ, ਉਹੀ ਦੁੱਧ ਹੀ ਉੱਧਰ ਲਵਾਉਣਾ ਤੁਸੀਂ, ਨਜ਼ੀਰ ਫੁੱਟੀ ਹੈ ਤੇਰੀ, ਤੈਨੂੰ ਦੁੱਧ ਸੋਹਣਾ ਪਿਆ, ਦੁੱਧ ਆਇਆ ਤੇ ਚਾਹ ਬਣਵਾ ਲਓ, ਕਿਉਂ ਕਿਹੜੀ ਗੱਲੋਂ ਚਾਹ ਬਣਵਾ ਲਈਏ, ਇਸ ਗੱਲੋਂ ਬਣਵਾ ਲਾ, ਉਹਨਾਂ ਨੂੰ ਅੰਦਰ ਕਿਹਾ, ਉਹਨੂੰ ਕਿਹਾ ਬੰਦਾ ਸਾਡਾ ਗੇਟ ਪੱਟਣ ਲੱਗਾ, ਉਹਨੂੰ ਚਾਹ ਦਿਓ, ਆਪਾਂ ਲੱਗੇ ਹਾਂ ਹਫ਼ਤੇ ਦੇ ਵਿੱਚ, ਜਿਹੜੀ ਤੁਸੀਂ ਆਣ ਕੇ ਗੱਲ ਕੀਤੀ ਹੈ ਨਾ ਭਾਅ ਜੀ, ਉਹ ਤੁਹਾਡੀ ਖਿਦਮਤ ਨਹੀਂ ਬਣਦੀ ਜਾਂ ਤੁਹਾਡੀ ਕੋਈ ਚਪੇੜਾਂ ਚਪੂੜਾਂ ਬਣਦੀਆਂ ਨੇ ਤੇ ਜਾਂ ਕੋਈ ਲਾਹਨ ਤਾਨ ਬਣਦੀ ਹੈ, ਇਹ ਭਾਅ ਜੀ 1,00,000 ਰੁਪਏ ਦਾ ਗੇਟ, 40,000 ਰੁਪਏ ਇਹਦੀ ਫਿਟਿੰਗ ਤੇ ਲੱਗਾ, ਉਹ ਕਿੰਨੇ ਦੇਣਾ ਬਾਅਦ ਚ? ਉਹ ਹਮੀਦ ਸਾਹਿਬ, 1,00,000 ਰੁਪਏ ਦਾ ਉਦੋਂ ਸੀ ਜਦੋਂ ਅੱਜ ਤੋਂ 8 ਸਾਲ ਪਹਿਲੇ ਲਵਾਇਆ, ਜਦੋਂ ਅਸੀਂ ਘਰ ਬਣਵਾਇਆ ਸੀ, ਹੁਣ ਤਾਂ ਦਿਲ ਕਰੇ 2,00,000 ਜੇ ਬਣਾ ਕੇ ਦੇਣ, ਕਰਿਆਨੇ ਵਾਲੀ ਦੁਕਾਨ ਹੈਗਾ ਨੇੜੇ? ਹਾਂਜੀ, ਕਰਿਆਨੇ ਵਾਲੀ ਕੀ ਮਲਮ ਲੈਣੀ ਹੈ? ਮਲਮ ਚਾਹੀਦੀ ਹੈ, ਮਲਮ ਕਾਦੇ ਵਾਸਤੇ? ਆਇਓਡੈਕਸ ਲੈਣੀ ਹੈ, ਉਹ ਕਾਦੇ ਵਾਸਤੇ? ਤੇਰੇ ਗਿੱਡੇ ਕੋਡੇ ਭੰਨ ਦੇਣੇ ਅਸੀਂ ਹੁਣੇ, ਨਹੀਂ ਮੈਂ ਕਿਹਾ ਨਾਲ ਬਿਸਕੁਟ ਵੀ ਮੰਗਾ ਲੈਣਾ ਕਰਿਆਨੇ ਵਾਲੀ ਦੁਕਾਨ, ਲੈ ਤੂੰ ਯਾਰ ਕੈਸਾ, ਤੂੰ ਵੇਖ ਕੈਸਾ ਬੰਦਾ, ਤੂੰ ਆਣ ਕੇ ਸਾਡਾ ਮਕਾਨ ਦਾ ਬੇੜਾ ਗਰ ਕਰਨ ਨੂੰ ਫਿਰਨੇ ਆ, ਤੈਨੂੰ ਚਾਹ ਪੁੱਛੀਏ, ਵਾਹ, ਉਹ ਤੂੰ ਤੇ ਉਹ ਕੰਮ ਕਰਨੇ ਆ, ਐ ਝੋਲੀ 'ਚ ਬਹਿ ਕੇ ਦਾੜੀ ਮਨਾਉਣ ਡੇ? ਦੇਖੋ ਬੰਦਾ ਬੰਦੇ ਦਾ ਦਾਰੂ ਹੁੰਦਾ ਨਾ, ਉਹ ਗੇਟ ਤਾਂ ਨਹੀਂ ਕਿਸੇ ਦਾ ਦਾਰੂ ਹੁੰਦਾ, ਗੇਟ ਆਪਣਾ ਆਪਣਾ ਹੀ ਹੁੰਦਾ, ਬੰਦਾ ਬੰਦੇ ਦਾ ਦਾਰੂ ਹੁੰਦਾ ਯਾਰ, ਤੇਰੇ ਮੱਤ ਵੱਜੀ ਆ, ਅੱਜ ਤੁਸੀਂ ਸਾਡਾ ਭਲਾ ਕਰੋਗੇ, ਕੱਲ ਨੂੰ ਅੱਲਾ ਤੁਹਾਡਾ ਭਲਾ ਕਰੇਗਾ, ਆ ਗੇਟ ਲਾ ਕੇ ਦੇ ਦਈਏ, ਸਾਡਾ ਭਲਾ ਹੋ ਜਾਣਾ? ਹਾਂਜੀ, ਹੈਂ? ਹਾਂਜੀ ਹਾਂਜੀ, ਹੂੰ, ਕੈਸਾ ਬੱਚਾ ਤੂੰ, ਸਾਡੇ ਘਰ ਬੱਚੇ ਨੇ 6-7 ਛੋਟੇ ਛੋਟੇ, ਇਹ ਗੇਟ ਦੀ ਵਜ੍ਹਾ ਤੋਂ ਬਾਹਰ ਨਹੀਂ, ਉਹ ਤਰਪਾਲ ਲੱਗ ਜਾਣੀ ਹੈ, ਉਹ ਯਾਰ ਤਰਪਾਲ ਨੂੰ ਕਦੋਂ ਕੁੰਡੀਆਂ ਹੁੰਦੀਆਂ ਨੇ, ਗੇਟ ਨੂੰ ਤਾਲਾ ਵੱਜਦਾ, ਤਰਪਾਲ ਨੂੰ ਕਦੋਂ ਤਾਲੇ ਵੱਜਦੇ ਨੇ, ਤਰਪਾਲ ਨੂੰ ਗੰਢ ਵੱਜਦੀ ਹੈ ਵੀਰੇ, ਹੁਣ ਅਸੀਂ ਕਿੱਥੇ ਇੱਥੇ ਕੋਈ ਉਹ ਹੁਣ ਹੁੱਕਾ ਲਿਆ ਕੇ ਠਕਵਾ ਲਈਏ ਕਿ ਤਰਪਾਲ ਅਸੀਂ ਬੰਨਣੀ ਹੈ? ਗੇਟ ਤੋਂ ਬਿਲਕੁਲ ਸਾਹਮਣਾ ਕਮਰਾ ਮੇਰਾ, ਹੈਂ, ਮੈਂ ਇਸ ਗੱਲੋਂ ਕਮਰੇ 'ਚ ਬੈੱਡ 'ਤੇ ਲੰਮਾ ਨਾ ਪਾਵਾਂ ਵੀ ਯਾਰ ਸਾਹਮਣੀ ਗਲੀ 'ਚੋਂ ਝਾਤੀ ਪੈਣ ਦੇ ਹੀ, ਨਹੀਂ ਨਹੀਂ ਝਾਤੀ ਕਾਹਦੇ ਨਾਲ ਪੈਣੀ? ਹਾਂ, ਮੈਂ ਪਹਾੜ 'ਤੇ ਮਕਾਨ ਪਾਇਆ ਹੈ, ਉੱਥੇ ਤੱਕ ਕਿਸੇ ਦੀ ਪਹੁੰਚ ਕੇਟੂ 'ਤੇ ਰਹਿੰਦੇ ਹਾਂ ਮੈਂ ਭਾਈ, ਆਹ ਘਰ ਆ ਮੇਰਾ, ਸਾਹਮਣੇ ਰੋਡ ਚੱਲਦਾ, ਲੋਕ ਲੰਘਦੇ ਆ, ਇੱਕ ਪਰਦਾ ਓਹਲਾ ਹੁੰਦਾ, ਉਹ ਤੂੰ ਓਹਲਾ ਹੀ ਪੁੱਟਣੇ ਆ ਸਾਡਾ, ਕਈ ਆਣ ਕੇ ਸਾਡੇ ਕੋਈ ਰਿਸ਼ਤੇਦਾਰ ਉਹਨਾਂ ਦਿਨਾਂ ਦੇ ਵਿੱਚ ਆ ਜਾਣ, ਉਹ ਕਹਿਣ ਮਾਸ਼ਾਅੱਲਾ ਘਰ 'ਤੇ ਬੜੇ ਪੈਸੇ ਲਾਏ ਅਤੇ ਬਾਹਰ ਤਰਪਾਲ ਲਾਈ ਹੈ, ਇੱਕ ਬੰਦੇ ਕੋਲ ਮੈਂ ਪੈਸੇ ਲੈਣੇ ਆ, ਉਹ ਕਹਿੰਦਾ ਪਰਸੋਂ ਮੈਂ ਆ ਕੇ ਦੇਵਾਂਗਾ, ਉਹ ਸਾਰੀ ਜ਼ਿੰਦਗੀ ਨਾ ਆਵੇ, ਮੈਂ ਪੁੱਛਾਂ ਤੂੰ ਆਉਣ ਕੌਣ ਕਿਉਂ ਨਹੀਂ ਦਿਆਂ, ਤਾਂ ਕਹੇ ਤੁਹਾਡਾ ਗੇਟ ਹੈ ਨਹੀਂ, ਮੈਂ ਖੜਕਾਉਣਾ ਸੀ, ਨਹੀਂ ਉਹ ਦੇਖ ਲਓ, ਮੈਂ ਤਾਂ ਦੇਖਣ ਵਾਲੇ ਕਹਿਣਗੇ ਤੁਸੀਂ ਪਤਾ ਨਹੀਂ ਇੱਥੇ ਨਾਨ ਟਿੱਕੀ ਸ਼ੁਰੂ ਕਰਨ ਲੱਗੇ ਆ, ਹੈ ਤਰਪਾਲ ਲਾਈ ਹੈ, ਭਾਅ ਜੀ ਤੁਸੀਂ ਆਪਣਾ ਗੇਟ ਲਵਾਓ, ਗੇਟ ਸਭ ਦਾ ਸਾਂਝਾ ਨਹੀਂ ਹੁੰਦਾ, ਦੇਖ ਲਓ ਇਹ ਤਾਂ ਭਰਾ ਬੰਦੀ ਸੀ ਬਸ, ਇੱਕ ਨਹੀਂ ਇਹ ਭਰਾ ਬੰਦੀ ਹੈ ਕਿ ਤੈਨੂੰ ਗੇਟ ਲਾ ਕੇ ਦੇ ਦਈਏ, ਇਹ ਗੇਟ ਬੰਦੀ ਹੈ, ਸਾਡੇ ਕੋਲ ਕੋਈ 100-200 ਲੈਣਾ ਹੈ, ਜੇ ਕੋਈ ਸਾਡੇ ਕੋਲ ਮੰਜੀ ਬਿਸਤਰਾ ਲੈਣਾ ਹੈ ਕਿ ਅਸੀਂ ਤੈਨੂੰ ਫੌਰੀ ਦੇ ਦਈਏ, ਆ ਨੁੱਕਰ 'ਤੇ ਤੇਰਾ ਨਾਂ ਲਿਖ ਕੇ ਆਪਣਾ ਨਾਂ ਲਿਖ ਕੇ ਫਲਾਣੇ ਕਰਦਾ, ਹੁਣ ਤੈਨੂੰ ਗੇਟ ਦੇ ਦਈਏ ਯਾਰ, ਇਹ ਕਿਹੜੀ ਭਰਾ ਬੰਦੀ ਹੈ? ਬੰਦਿਆਂ ਨੂੰ ਦੇਖੋ ਇਸ ਜਹਾਨ ਦੇ ਵਿੱਚ ਗੇਟਾਂ ਦਾ ਲੈਣਾ ਦੇਣਾ ਬਣਿਆ, ਇਹ ਗੇਟਾਂ ਦਾ ਕਿਹੜਾ ਲੈਣਾ ਦੇਣਾ? 100 ਹੱਥ ਰੱਸਾ ਸਿਰੇ ਦੇ ਗੇਟ, ਸੁਣੀ ਨਾ ਗੱਲ, ਇਹ ਉਹ ਗੇਟ ਆ ਤੇ ਤੂੰ ਪੈ ਗਿਆ ਸਾਡੇ ਪੇਸ਼, ਇਹ ਗੇਟ ਭਰਾਵਾ ਆਪਣਾ ਹੈ, ਸਾਡਾ ਜ਼ਾਤੀ ਆ, ਤੂੰ ਨਕਸ਼ਾ ਬਣਾ ਲਿਆ ਸੀ, ਤੈਨੂੰ ਇਹਦੇ 'ਚ ਰਾਜ਼ੀ ਹੋ ਗਿਆ? ਮੈਂ ਉਹਨਾਂ ਨੂੰ ਕਹਿ ਕੇ ਆਇਆ ਸੀ ਮਿਸਤਰੀਆਂ ਨੂੰ, ਹੁਣ ਜਿਵੇਂ ਮੈਂ ਉਹਨਾਂ ਨੂੰ ਜਾ ਕੇ ਕਹਿਣਾ ਆ ਕਿ ਉਹ ਬੰਦੇ ਨਹੀਂ ਮੰਨਣ ਡਿਆ, ਉਹਨਾਂ ਵਿਚਾਰਿਆਂ ਨੇ ਤਾਂ ਉਦਾਸ ਹੋ ਜਾਣਾ, ਕਿਹਨਾਂ ਨੇ? ਨਹੀਂ ਇਹ ਗੇਟ ਮਿਸਤਰੀਆਂ ਦਾ ਫੁੱਫੜ ਆ, ਮਤਲਬ ਕਿ ਤੈਨੂੰ ਉਹਨਾਂ ਨੇ ਕਹਿ ਕੇ ਭੇਜਿਆ ਕਿ ਭਾਜੀ ਫੁੱਫੜ 2 ਸਾਲਾਂ ਤੋਂ ਰੁਸਿਆ, ਜਾ ਕੇ ਉਹਨੂੰ ਮਨਾ ਕੇ ਲਿਆਓ, ਜੇ ਤੇਰੇ ਨਾਲ ਨਾ ਗਿਆ ਹੁਣ ਤੇ ਉਹਨਾਂ ਨੇ ਉੱਥੇ ਲਿਟਣ ਲੱਗ ਪੈਣਾ, ਰੋਣ ਲੱਗ ਪੈਣਾ, ਮਿਸਤਰੀਆਂ ਨੇ ਕਾਂਡੀਆਂ ਸਿਰ 'ਚ ਮਾਰਨੀਆਂ ਨੇ, ਗਰਮਾਲਾ ਨਾਲ ਦੇ ਤੇ ਮਾਰ ਦੇਣਾ ਕਿਤੇ, ਇਹ ਗੇਟ ਤੋਂ ਕੌਣ ਉਦਾਸ ਹੁੰਦਾ? ਹਾ ਹਾ, ਕਿੱਡੇ ਫੁੱਲ ਸੰਘਾਉਣ ਨੇ ਤੈਨੂੰ, ਜਾ ਕੰਮ ਕਰ ਆਪਣਾ ਜਾ ਕੇ, ਕੈਸਾ ਬੰਦਾ ਯਾਰ ਤੂੰ, ਹਾਂ ਵਾ ਪਾਈ ਜਾਂਦਾ ਬੈਠਾ ਗੇਟ ਦੇ ਸਾਹਮਣੇ ਸਾਡੇ ਬਿਲਾ ਵਜਾਈ, ਉਹਨਾਂ ਦਾ ਦਿਲ ਘਟਣ ਲੱਗ ਪੈਣਾ ਯਾਰ ਵਿਚਾਰਿਆਂ ਦਾ, ਨਹੀਂ ਤੇ ਆ ਕੀ ਕਹਿ ਕੇ ਆਇਆ ਕਿ ਮੈਂ ਫੁੱਫੜ ਗੇਟ ਜੂਸ ਲਿਆ ਰਿਹਾ ਨਾਲ,
ਹੈ ਕਿ ਤੁਸੀਂ ਉਹ ਹੈਪੀ ਹੋਵੋ, ਪਿੱਛੇ ਜੂਸ ਆ ਰਿਹਾ ਕੋਈ, ਉਹਨਾਂ ਨੂੰ ਵੀਰੇ ਸ਼ਿਕੰਜਵੀ ਪਿਆ ਜੇ ਦਿਲ ਘਟਣ ਡਿਆ, ਸੇਬ ਦਾ ਮੁਰੱਬਾ ਖਵਾ, ਜੇ ਬਹੁਤਾ ਦਿਲ ਘਟ ਰਿਹਾ ਉਹਨਾਂ ਨੂੰ ਕਿਤੇ ਉੱਥੋਂ ਜੂਸ ਕਿਤੇ ਨਾਰਾਂ ਦਾ ਲਿਆ ਕੇ ਪਿਆ, ਇਹ ਕਿਹੜਾ ਗੇਟ ਤੋਂ ਦਿਲ ਘਟਣ ਡਿਆ, ਗੇਟ ਨਾ ਆਇਆ ਸੀ ਕਿਹੜੀ ਗੂੜੀ ਰਿਸ਼ਤੇਦਾਰੀ, ਗੇਟ ਲਵਾ ਲਿਆ ਸੀ ਕਿ ਗਲੂਕੋਜ਼ ਦੀ ਬੋਤਲ ਆ ਜਿਹੜੀ ਉਹਨਾਂ ਦੇ ਲੱਗੀ ਸੀ ਲਾ ਕੇ ਅਸੀਂ ਆਪਣੇ ਲਾ ਲਈ, ਉਹਨਾਂ ਨੇ ਤਾਂ ਰੋਣ ਲੱਗ ਪੈਣਾ ਮੇਰੇ ਜਾਨ, ਰੋਣ ਸੀ ਉਹਨਾਂ ਦਾ ਅੱਬਾ ਵੜ ਲਿਆ ਇੱਥੇ, ਰੋਣ ਕਿਹੜੀ ਕੋਠੀ ਦੇ ਬਾਹਰ, ਇਹਦੇ ਨਾਲ ਉਹਨਾਂ ਦੇ ਮਰਹੂਮ ਪਿਓ ਦੀਆਂ ਯਾਦਦਾਸ਼ਤਾਂ ਨੇ, ਇਹਦਾ ਨਾ ਕਰੰਟ ਲੱਗ ਕੇ ਮਰਿਆ ਸੀ ਉਹਨਾਂ ਦਾ ਪਿਓ, ਵੀ ਮਤਲਬ ਉਹਨਾਂ ਨੂੰ ਰੋਣ ਲੱਗ ਪੈਣਾ ਸਾਡਾ ਗੇਟ ਨਹੀਂ ਲੈ ਕੇ, ਕਿਹੜੇ ਮਿਸਤਰੀ ਤੂੰ, ਗੇਟ ਆ ਕੋਈ ਸਾਈਕਲ ਮਜ਼ਦੂਰਾਂ ਦੇ ਅਸੀਂ ਚੁੱਕ ਕੇ ਆਪਣੇ ਘਰੇ ਖੜੇ ਕਰ ਲਏ, ਜਿਵੇਂ ਮੈਂ ਤੁਰਿਆ ਨਾ ਉੱਥੋਂ ਅਤੇ ਮਿਸਤਰੀ ਨੂੰ ਤਾਂ ਮੈਂ ਦੱਸਿਆ ਕਿ ਗੇਟ ਲੈਣ ਚੱਲਿਆ, ਪਿੱਛੇ ਨਾ ਭੱਜਦਾ ਆਵੇ ਮੇਰੇ ਮਜ਼ਦੂਰ, ਕਹਿੰਦਾ ਭਾਅ ਜੀ ਗੇਟ ਲੈਣ ਤੋਂ ਬਗੈਰ ਨਾ ਮੁੜਨਾ ਤੁਹਾਨੂੰ ਖੁਦਾ ਦਾ ਵਾਸਤਾ, ਤੂੰ ਮੈਨੂੰ ਇਹ ਵੀਰੇ ਦੱਸ, ਕੋਈ ਮਜ਼ਦੂਰਾਂ ਦੀ ਦਾਦੀ ਲਾਈ ਅਸੀਂ ਮਤਲਬ ਘਰ ਦੇ, ਯਾਰ ਕਿਹੜੀ ਗੱਲ ਕਰੀ ਜਾਂਦਾ ਯਾਰ ਤੂੰ, ਕਿਉਂ ਮਜ਼ਦੂਰ ਮਗਰ ਦੌੜ ਕੇ ਆਇਆ ਲੈ ਕਿ ਲੈਣ ਤੋਂ ਬਗੈਰ ਨਾ ਆਇਓ, ਹਾਂ ਕਹਿੰਦਾ ਭਾਅ ਜੀ ਇਹ ਮਜ਼ਦੂਰ ਦੀ ਘਰ ਦੀ ਰੁੱਸ ਕੇ ਇੱਥੇ ਆਈ ਹੈ, ਅੱਛਾ ਉਹ ਇਸ ਤਰ੍ਹਾਂ ਦੇ ਜਿਹੜੇ ਹੁੰਦੇ ਨਾ ਝੋਰੇ ਬੰਦਿਆਂ ਨੂੰ ਲੈ ਕੇ ਬਹਿ ਜਾਂਦੇ, ਹੈਲੋ ਗੇਟਾਂ ਦੇ ਝੋਰੇ ਲੈ ਕੇ ਬਹਿ ਜਾਂਦੇ, ਉਹ ਕਿਸੇ ਨੂੰ ਬੱਚਿਆਂ ਦਾ ਝੋਰਾ ਲੈ ਕੇ ਬਹਿੰਦਾ ਵਾ, ਕਿਸੇ ਨੂੰ ਵੱਡਿਆਂ ਦਾ ਝੋਰਾ ਲੈ ਕੇ ਬਹਿੰਦਾ, ਕਿਸੇ ਦਾ ਪੁੱਤ ਧੀ ਪੁੱਤ ਪ੍ਰਦੇਸ ਉਹਨੂੰ ਉਹ ਝੋਰਾ ਲੈ ਕੇ ਬਹਿੰਦਾ, ਇਹ ਕਿਹੜਾ ਮਿਸਤਰੀ ਲਾ ਲਿਆ ਤੂੰ ਜਿਹਨੂੰ ਗੇਟ ਦਾ ਝੋਰਾ ਲੈ ਕੇ ਬਹਿ ਗਿਆ, ਹੁਣ ਤੁਹਾਡੇ ਵੱਲੋਂ ਇਨਕਾਰ ਆ ਜੀ, ਸਾਡੇ ਵੱਲੋਂ ਬਿਲਕੁਲ ਇਨਕਾਰ, ਅਸੀਂ ਕਦੋਂ ਤੋਂ ਤੈਨੂੰ ਕਹਿ ਰਹੇ ਗੇਟ ਲਾ ਲਾ, ਤੂੰ ਨਹੀਂ ਮੰਨ ਰਹੇ ਆ, ਅਸੀਂ ਘੰਟੇ ਤੋਂ ਤੈਨੂੰ ਮਨਾਉਣ ਨੇ ਯਾਰ ਲੈ ਆ ਤੂੰ ਨਹੀਂ ਮੰਨਦੇ, ਅਸੀਂ ਤਾਂ ਗੇਟ ਦੇ ਕੇ ਬੈਠੇ, ਉਹ ਮਜ਼ਦੂਰ ਸਾਰੇ ਲੈ ਕੇ ਨਾ ਉੱਥੇ ਗੇਟਾਂ 'ਤੇ ਉਹਨੂੰ ਗੇੜਾ ਛੇੜਾ ਕਢਾ ਕੇ ਲਿਆ, ਹੈ ਉੱਥੇ ਸਾਹਮਣੇ ਆ ਨਾ ਉਹਨਾਂ ਨੂੰ ਕਿਤੇ ਉਹਨਾਂ ਨੂੰ ਖਵਾ ਬਰਗਰ ਬਰਗਰ ਬਰਗਰ, ਜਾਂ ਉਹਨਾਂ ਦਾ ਗੇਟਾਂ ਤੋਂ ਚੱਕਰ ਲਵਾ ਲਿਆ, ਐਡੇ ਗੇਟ ਤੋਂ ਪਰੇਸ਼ਾਨ ਹੋਏ ਨੇ ਉਹ, ਲੈ ਓ ਭਰਿਆ ਕਿ ਨਹੀਂ ਔਖਾ ਪਾ, ਹੋਕੇ ਦੇ ਕਿੱਦਾਂ ਲੈਣ ਦੇ ਆ, ਮੈਨੂੰ ਪਤਾ ਨਹੀਂ ਲੈਣ ਦੇ ਕਿੱਥੇ, ਅਲਵਿਦਾ ਕਰ ਬੈਠਾ ਗੇਟ ਨੂੰ, ਗੇਟ ਨਾ ਹੋ ਗਿਆ ਯਾਰ, ਅਸੀਂ ਚਲੋ ਸਾਡੀ ਫੁੱਫੀ ਮਾਰ ਗਈ ਘਰੇ, ਤੂੰ ਗੇਟ ਪਤਾ ਨਹੀਂ ਕਬਾੜੀਆਂ ਨੂੰ ਦੇ ਗਿਆ ਉਹਨਾਂ ਨੇ, ਕੁੱਟ ਕੁੱਟ ਗੇਟ ਦੀ ਇਹੀ ਤੇਈ ਫੇਰਦੀ, ਐਡਾ ਪਰੇਸ਼ਾਨ, ਜਿਹਦੇ ਕਿਸੇ ਬੰਦੇ ਦੀ ਆਸ ਟੁੱਟਦੀ ਹੈ ਨਾ ਜੀ, ਹੈਲੋ ਓਏ ਗੇਟਾਂ ਦੇ ਰਾਂਝੇ, ਗੇਟ ਤੋਂ ਆ ਗੇਟ ਨਾ ਕੀ ਆਸ ਲਾਈ ਸੀ ਵੀ ਇਹ ਮੇਰੇ ਮੱਥੇ 'ਚ ਵੱਜੂਗਾ, ਉਹ ਗੇਟ ਤੋਂ ਕੌਣ ਆਸ ਲਾਉਂਦਾ ਯਾਰ, ਫਿਲਮ ਨਹੀਂ ਬਣੀ ਦੇਸਾਂ ਦਾ ਰਾਜਾ, ਇਹ ਗੇਟਾਂ ਦਾ ਰਾਜਾ, ਮੈਂ ਤੇ ਜ਼ਿਹਨ 'ਚ ਮੇਰੇ ਫਿਲਮ ਚੱਲਣ ਡਈ ਸੀ ਕਿ ਰੇੜੀ ਮੈਂ ਲੈ ਕੇ ਜਾਊਂਗਾ, ਰੇੜੀ 'ਤੇ ਗੇਟ ਪਿਆ ਹੋਏਗਾ, ਇਹ ਆ ਰਿਹਾ ਹੋਏਗਾ, ਬੜੀ ਮੁਹੱਬਤ ਨਾਲ ਲਾਵਾਂਗੇ, ਮੇਰੇ ਵੀ ਦਿਲ 'ਚ ਰਾਤੀ ਖਿਆਲ ਆ ਰਿਹਾ ਸੀ ਸਵੇਰੇ ਕੋਈ ਗੇਟ ਲੈਣ ਆਵੇ, ਹੈ ਉਹਨੂੰ ਮੈਂ ਇੰਨਾ ਕੁ ਮਾਰਾਂ, ਉੱਧਰੋਂ 11 ਬਾਈ ਆਵੇ, ਉਹ ਸਟੇਚਰ 'ਤੇ ਲੰਮਾ ਪਿਆ ਹੋਵੇ, ਉਹ ਕਹੇ ਮੈਨੂੰ ਲੈਟ 'ਚ ਲੈ ਜਾਓ, ਉਹ ਕਹਿਣ ਤੈਨੂੰ ਸਿਵਲ 'ਚ ਲੈ ਜਾਣਾ, ਹੈ ਗੇਟ ਹਾਲੇ ਨਹੀਂ ਅਸੀਂ ਤੇਰੇ ਨਾਲ ਤੋਰ ਸਕਦੇ, ਗੇਟ ਦੇ ਨਾ ਪਰਹੇਜ਼ ਦੇ ਦਿਨ ਚੱਲਣ ਦੇ, ਡਾਕਟਰ ਨੇ ਕਿਹਾ ਵੀ ਗੇਟ 'ਚ ਗੇਟਾ ਹੋਣ ਵਾਲਾ, ਗੇਟ ਪੌੜੀਆਂ ਨਾ ਚੜੇ, ਤੈਨੂੰ ਸਮਝ ਨਹੀਂ ਆਉਣ ਦੇ ਯਾਰ, ਅਸੀਂ ਗੇਟ ਨਹੀਂ ਦੇਣਾ ਤੈਨੂੰ, ਦਿਲ ਟੁੱਟ ਜਾ, ਦਿਲ ਤੇ ਟੁੱਟ ਜਾਣਾ ਨਾ ਵਿਚਾਰਿਆਂ ਦਾ, ਮਜ਼ਦੂਰਾਂ ਮਿਸਤਰੀਆਂ ਦਾ, ਉਹ ਯਾਰ ਉਹਨਾਂ ਦਾ ਕੱਲ ਹੀ ਦਿਲ ਟੁੱਟ ਜਾਣਾ, ਬਸ ਮਿਸਤਰੀਆਂ ਦਾ ਗੇਟ ਤੋਂ ਦਿਲ ਟੁੱਟ ਜਾਣਾ ਤੇ ਸਾਡਾ ਗੇਟ ਟੁੱਟ ਜਾਣਾ, ਸਾਡਾ ਪਿਲਰ ਵੀ ਟੁੱਟ ਜਾਣਾ। ਅੱਛਾ ਕੋਈ ਨਹੀਂ, ਬੰਦੇ ਖਾਲੀ ਵੀ ਤਾਂ ਜਾਂਦੇ ਹੀ ਹੁੰਦੇ ਨੇ, ਤੁਸੀਂ ਖਾਲੀ ਜਾਣਾ ਭਾਜੀ, ਤੂੰ ਮੇਰਾ ਪੁੱਤ ਜਾਂਦਾ ਹੋਇਆ ਨਾ ਇੱਥੋਂ ਘਾਹ ਪੱਟ ਸਾਰਾ ਝੋਲੀ ਭਰ ਕੇ ਲੈ ਜਾ, ਇਹ ਮੇਰੀ ਝੋਲੀ ਜਿਹੜੀ ਹੈ ਨਾ ਗੇਟ ਨਾਲ ਹੀ ਭਰਨੀ ਸੀ ਤੇ ਤੁਸੀਂ ਝੋਲੀ ਖਾਲੀ ਭੇਜੋ, ਯਾਰ ਇਹਦਾ ਦਿਮਾਗ ਦਾ ਲਾਜ ਕਰ, ਮੈਂ ਗੇਟ 'ਚ ਮੱਥਾ ਮਾਰ ਲੈਣਾ ਆਪਣਾ ਯਾਰ, ਗੇਟ ਇੰਨਾ ਕੁ ਹੁੰਦਾ ਜਿਹੜਾ ਤੇਰੀ ਝੋਲੀ 'ਚ ਪਾ ਦਈਏ, ਇਹ ਤੂੰ ਘੰਟੇ ਦੀ ਗੇਟ ਲੈਣ ਦੀ ਗੱਲ ਕਰ ਰਿਹਾ ਜਾਂ ਕਿ ਰਿਸ਼ਤਾ ਮੰਗਣ ਨੇ ਆ ਗੇਟ ਦਾ ਸਾਡੇ ਕੋਲ, ਤੁਹਾਡਾ ਤੁਹਾਡੀ ਜਿਹੜੀ ਵਿੰਡੋ ਆ ਉਹਦੇ ਵਾਸਤੇ, ਝੋਲੀ ਭਰਨ ਦਾ ਕਿਹੜਾ ਤਲਕ ਹੋਇਆ ਵੀ ਗੇਟ ਦਾ, ਆਫਰੀ ਨਾ ਯਾਰ ਤੇਰੇ ਤੇ, ਚਲੋ ਲੈ ਮੇਰੇ ਮਜ਼ਦੂਰ ਰੋਣ ਡਏ ਨੇ, ਮੇਰੇ ਮਜ਼ਦੂਰ ਉਦਾਸ ਹੋ ਗਏ ਨੇ, ਮੇਰੇ ਫਲਾਨ ਹੋ ਗਿਆ ਜਿਵੇਂ ਅਸੀਂ ਉਹਨਾਂ ਦੇ ਦਾਦੇ ਦੇ ਕਿਲੇ ਦਾ ਗੇਟ ਲਾ ਕੇ ਲਵਾ ਲਿਆ ਇੱਥੇ, ਅੱਜ ਮੈਂ ਖਾਲੀ ਅੱਜ ਜਾ ਰਿਹਾ, ਤੁਹਾਡੇ ਕਿਹੜਾ ਬੇੜੇ ਗਰਕ ਨਹੀਂ ਹੁਣੇ, ਉਹ ਯਾਰ ਇਹਨੂੰ ਰੋ ਕਹਿੰਦੇ ਮੈਂ ਮਾਰ ਕੇ ਕੁਰਸੀ 'ਤੇ ਤਾਂ ਖੁੰਨਾ ਖੋਲ ਦੇਣਾ ਇਹਦਾ, ਇਹਨੂੰ ਰੋਕ ਲਾ ਮੈਂ ਤੈਨੂੰ, ਕਿਹੜੇ ਬੇੜੇ ਗਰਕ, ਉਹ ਢਾਡੀ ਰਾਣੇ
ਯਾਰ ਕਿਸੇ ਨੇ ਗੇਟ ਨਾ ਪੁੱਟਣ ਦਿੱਤਾ ਹੋਵੇ ਤੁਸੀਂ ਦਵਾਵਾਂ ਵੜਦੀਆਂ ਦੇਣੀਆਂ। ਇਹ ਹੈ ਕਿ ਹਾਲਾਤ ਖਰਾਬ ਹੋ ਜਾਣ ਤੇ ਬੰਦਿਆਂ ਦੇ ਮੀਟਰ ਵੀ ਤਾਂ ਕੱਟੇ ਹੀ ਜਾਂਦੇ ਹੋਣੇ ਹੁੰਦੇ ਨੇ ਨਾ, ਇਨਸ਼ਾਅੱਲਾ ਇਦਾਂ ਹੋਣਾ ਹੀ ਆ ਇੱਕ ਦਿਨ। ਇਹਨੂੰ ਸਮਝਾ, ਇਹਨੂੰ ਸਮਝਾ ਯਾਰ, ਤੂੰ ਦੱਸ ਕੋਈ ਗੇਟ 'ਚ ਤੇਰੀ ਭਾਈ ਵਾਲੀ ਹੈ ਜਾਂ ਤੇਰੇ ਵੱਲੋਂ ਗੇਟ ਅਸੀਂ ਲਾ ਕੇ ਜਦੋਂ ਸ਼ੁਰੂ ਕੀਤਾ ਸੀ ਤੈਨੂੰ ਕਿਹਾ ਭਾਜੀ ਪੈਸੇ ਨਹੀਂ ਹੈਗੇ ਜ਼ਰਾ ਆਪਣਾ ਗੇਟ ਦੇ ਦਿਓ, ਕੋਈ ਤੇਰਾ ਇਹਦੇ ਵਿੱਚ ਅੰਬਲ ਦਖਲ ਹੈ? ਪੁਰਾਣੀਆਂ ਮਾਈਆਂ ਤਾਂ ਅੱਬ ਦਵਾਵਾਂ ਗੇਟ ਨਾ ਦੇਣ ਤੋਂ, ਉਹੀ ਢਾੜੀਆਂ ਵਾਲੇ ਕੰਮ ਖੈਰ ਨਹੀਂ ਮਿਲੀ ਤੇ ਲੱਭਣੇ ਗਰਕ ਫੁੜੇ। ਇਹ ਆ ਕਿ ਦਰਵਾਜ਼ਿਆਂ ਨੂੰ ਕਿਹੜਾ ਸੇਂਕ ਨਹੀਂ ਲੱਗਦੀ, ਪੂਰੇ ਘਰ ਦੇ ਦਰਵਾਜ਼ੇ ਜਿਹੜੇ ਆ ਲੱਕੜ ਦੇ ਅੰਦਰ ਤੁਸੀਂ ਲਾਏ ਆ ਉਹਨਾਂ ਨੂੰ ਸੇਂਕ ਲੱਗ ਕੇ ਉਹ ਤਬਾਹ ਵੀ ਤਾਂ ਹੋ ਹੀ ਸਕਦੇ ਨੇ। ਤੇ ਕੋਈ ਨਹੀਂ, ਜਦੋਂ ਬੰਦਾ ਜਾਂਦਾ ਹੋਵੇ ਉਹਦੇ ਵਿੱਚ ਕਿਹੜਾ ਤੇਜ਼ ਬੱਸ ਨਹੀਂ ਵੱਜਦੀ। ਇਹ ਜਿਹੜਾ ਗੇਟ ਹੈ ਨਾ, ਇਸ ਗੇਟ ਦੀ ਆਸ ਦੇ ਵਿੱਚ ਤੂੰ ਤੇਰੀ ਮੌਤ ਵਾਕਿਆ ਹੋ ਜਾਣੀ ਹੈ ਮੈਂ ਤੈਨੂੰ ਦੱਸਾਂ। ਚਲੋ ਕੋਈ ਨਾ ਕੋਈ ਪੈਪ ਲੀਕ ਹੋ ਕੇ ਸਲਾਬ ਕਿਹੜੇ ਕਮਰਿਆਂ 'ਚ ਨਹੀਂ ਆਉਣੀ ਯਾਰ, ਮਕਾਨ ਨੂੰ ਯਾਰ ਹੈ ਸਿਆਣਿਆਂ ਦੀ ਗੱਲ ਨਹੀਂ ਸੁਣੀ, ਉਹ ਕਦੀ ਕਾਵਾਂ ਦੇ ਆਖੇ ਨਹੀਂ ਕਿਤੇ ਬੰਦੇ ਮਰੇ ਜਾ ਆਪਣਾ ਕੰਮ ਕਰ ਜਾ ਕੇ ਦੇਈ ਜਾ ਬਦਵਾਵਾਂ ਜਿੰਨੀਆਂ ਮਰਜ਼ੀ। ਤੁਸੀਂ ਜਿੰਨੀ ਮਰਜ਼ੀ ਇੱਥੇ ਬਾਹਰ ਰਾਖੀ ਤੇ ਬਹਿ ਜਾਓ। ਅੱਛਾ, ਪਰ ਜ਼ਲਜ਼ਲੇ ਅੱਗੇ ਤੁਹਾਡਾ ਘਰ ਕੁਛ ਨਹੀਂ ਹੈਗਾ। ਉਹ ਕਿ ਬੰਬ ਮੂਹੇ ਓਏ ਤੇਰੇ ਜ਼ਲਜ਼ਲੇ ਨਾਲ ਵੀ ਰਿਸ਼ਤੇਦਾਰੀ ਹੈ ਆਪਣੀ। ਯਾਰ ਬਕਵਾਸ ਕੀ ਕਰਦਾ ਪਿਆ ਯਾਰ, ਘੜੀ ਮੁੜੀ ਬਦਵਾਵਾਂ ਕਰ ਮੁੜੀ। ਤੁਸੀਂ ਬੰਦੇ ਪਤਾ ਨਹੀਂ ਕਿਸ ਤਰ੍ਹਾਂ ਦੇ ਇੱਥੇ ਆਉਂਦੇ ਨੇ। ਇਹ ਮਕਾਨ ਵਿੱਚ ਹੀ ਹੈ ਯਾਰ, ਮੇਰੇ ਦਿਲੋਂ ਲੈ ਗਿਆ ਉਹ ਮਕਾਨ ਕੱਲ੍ਹ। ਉਹ ਨਹੀਂ ਯਾਰ, ਉਹ ਕਹਿੰਦਾ ਤਾਂ ਬੰਦੇ ਅੱਗੇ ਕੁਛ ਨਹੀਂ ਲੈ ਗਿਆ। ਲੈ ਅੱਲਾ ਰਹਿਮ ਕਰੇ, ਇਹਦੇ ਕਹਿਣ ਤੇ ਜ਼ਲਜ਼ਲਾ ਆ ਜਾਣਾ। ਉਹ ਨਹੀਂ, ਮੇਰੇ ਦਿਲੋਂ ਲੈ ਗਿਆ ਮਕਾਨ, ਗੇਟ ਦੇ ਦੇ। ਓਏ ਲੈ ਜਾ ਗੇਟ, ਲੈ ਗੇਟ ਲੈ ਦੇ 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 ਗੇਟ ਦੇ 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 ਉਹ ਫਿਰ ਆਪਣਾ ਲਵਾ ਕੇ। ਉਹ ਯਾਰ ਨੂੰ ਦੇ ਦੇ, ਮੈਂ ਗੇਟ 'ਚ ਇੱਟਾਂ ਮਾਰਨੀਆਂ। ਮੈਂ ਤੈਨੂੰ ਦੱਸਦਾ ਮੇਰੇ ਦਿਲੋਂ ਲੈ ਗਿਆ। ਚਲੋ ਮਾਰ ਲੈ ਇੱਟਾਂ, ਫਿਰ ਅੰਦਰੋਂ ਆਪੇ ਕੁਛ ਇੱਤਰ ਖਾ ਮੇਰੇ ਦਿਲੋਂ ਲੈ ਗਿਆ। ਮੈਨੂੰ ਚਾਹੀਦਾ ਨਹੀਂ, ਮੈਨੂੰ ਚਾਹੀਦਾ ਨਹੀਂ ਕਿਆ। ਹੈਲੋ ਹਮੀਦ ਸਾਹਿਬ,